ਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਤੁਰੇ ਜਾ ਰਹੇ। ਇੱਕ ਬੰਦਾ ਆਪਣਾ ਘਰ ਲਿਪਦਾ ਸੀਗਾ ਜੀ, ਲਿਪਦਾ ਸਮਝ ਗਏ ਤੁਸੀਂ, ਘਰ ਨੂੰ ਪੇਂਟ ਕਰਦਾ ਸੀਗਾ ਏਦਾਂ ਕਹਿ ਲਓ। ਜਦੋਂ ਘਰ ਨੂੰ ਉਹ ਪੇਂਟ ਕਰ ਰਿਹਾ ਸੀਗਾ ਜੀ, ਚੱਕ ਚੱਕ ਕੇ ਜੋ ਪੇਂਟ ਉਹ ਲਾਉਂਦਾ ਸੀਗਾ ਜੀ ਕੰਧ ਦੇ ਉੱਤੇ, ਗੁਰੂ ਮਾਲਕ ਜੀ ਕੋਲੋਂ ਲੰਘਣ ਲੱਗੇ। ਜਦੋਂ ਉਹਨੇ ਕੰਧ ਨੂੰ ਲਿਪ ਰਿਹਾ ਸੀਗਾ ਬਾਰ ਬਾਰ, ਤੇ ਕੁਝ ਕੁਝ ਛਿੱਟੇ ਸਤਿਗੁਰੂ ਜੀ ਦੇ ਚੋਲੇ ਦੇ ਉੱਤੇ ਪੈ ਗਏ। ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਦੇਖਿਆ ਕਿ ਮੇਰਾ ਸਾਰਾ ਚੋਲਾ ਜਿਹੜਾ ਹੈ ਨਾ ਉਹ ਲਿਬੜ ਗਿਆ ਭਾਈ, ਛਿੱਟੇ ਪਾਤੇ ਨੇ। ਤੇ ਮਾਲਕ ਨੇ ਕਿਹਾ ਸਿੱਖੋ ਇਹਨੇ ਮੇਰਾ ਚੋਲਾ ਲਬੇੜਤਾ ਆ, ਇਹਨੇ ਥੱਪੜ ਮਾਰੋ। ਸਾਰੇ ਸਿੱਖਾਂ ਨੇ ਇੱਕ ਇੱਕ ਥੱਪੜ ਮਾਰਤਾ ਜੀ। ਸਿੱਖਾਂ ਦਾ ਵੀ ਸੁਭਾਅ ਹੈ ਨਾ, ਜਿੱਥੇ ਆਪਣਾ ਫਾਇਦਾ ਹੋਵੇ ਉਹ ਹੁਕਮ ਮੰਨ ਲੈਂਦੇ ਆ, ਜਿੱਥੇ ਪਤਾ ਕਿ ਮੇਰਾ ਫਾਇਦਾ ਕੋਈ ਨਹੀਂ ਉਹ ਗੁਰੂ ਦਾ ਹੁਕਮ ਮੰਨਣ ਵਾਸਤੇ ਅਸੀਂ ਤਿਆਰ ਨਹੀਂ ਹੁੰਦੇ। ਗੁਰੂ ਮਾਲਕ ਜੀ ਕਹਿੰਦੇ ਮੈਂ ਇੱਕ ਨੂੰ ਕਿਹਾ ਤੂੰ ਸਾਰਿਆਂ ਨੇ ਮਾਰਤਾ। ਗੁਰੂ ਮਾਲਕ ਜੀ ਹਾਲੇ ਤੁਰਨ ਲੱਗੇ ਜੀ, ਇਹ ਬੰਦਾ ਨਾ ਉੱਚੀ ਉੱਚੀ ਰੋ ਪਿਆ ਜਿਹਨੇ ਥੱਪੜ ਵੱਜਿਆ। ਉੱਚੀ ਉੱਚੀ ਰੋਂਦਾ ਰੋਂਦਾ ਥੋੜੇ ਟਾਈਮ ਬਾਅਦ ਹੱਸ ਪਿਆ। ਤੇ ਨਾਲ ਦਿਆਂ ਨੇ ਕਿ ਉਹ ਕਮਲਾ ਹੋ ਗਿਆ, ਪਾਗਲ ਹੋ ਗਿਆ, ਰੋਣਾ ਤਾਂ ਤੇਰਾ ਜਾਇਜ਼ ਹੈ, ਤੇਰੇ ਮੂੰਹ ਤੇ ਥੱਪੜ ਵੱਜੇ ਆ ਭਾਈ, ਤੈਨੂੰ ਦਰਦ ਹੋਇਆ, ਤਕਲੀਫ ਹੋਈ ਹੈ, ਪਰ ਹੱਸਣਾ ਸਾਨੂੰ ਸਮਝ ਨਹੀਂ ਆਇਆ ਹੱਸ ਕਿਉਂ ਰਿਹਾ ਹੈ। ਉਹ ਕਹਿੰਦਾ ਰੋਣਾ ਤਾਂ ਪਤਾ ਲੱਗ ਗਿਆ ਕਿ ਰੋਂਦਾ ਮੈਂ ਤਾਂ ਸੀਗਾ ਕਿ ਮੇਰੇ ਮੂੰਹ ਤੇ ਥੱਪੜ ਮਾਰਿਆ ਸਿੱਖਾਂ ਨੇ ਭਾਈ, ਹੱਸਦਾ ਮੈਂ ਇਹ ਕਰਕੇ ਸੀਗਾ ਕਿ ਗੁਰੂ ਕੁਝ ਕੁ ਸਮਾਂ ਖੜਿਆ ਤੇ ਗੁਰੂ ਨੇ ਕੁਝ ਕੁ ਸਮਾਂ ਮੇਰੇ ਉੱਤੇ ਆਪਣੀ ਨਿਗਾਹ ਟਿਕਾਈ ਹੈ, ਮੇਰੇ ਵੱਲ ਇਸ਼ਾਰਾ ਕੀਤਾ, ਗੁਰੂ ਦੀ ਨਜ਼ਰ ਹੋਈ ਆ ਮੇਰੇ ਤੇ, ਗੁਰੂ ਦੀਆਂ ਅੱਖਾਂ ਮੇਰੇ ਵੱਲ ਸੀਗੀਆਂ ਤੇ ਗੁਰੂ ਦੇ ਰਸਨਾ ਤੇ ਮੇਰਾ ਨਾਮ ਸੀਗਾ, ਤੇ ਜਿਹਦੇ ਉੱਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੀ ਨਜ਼ਰ ਹੋ ਗਈ ਹੋਵੇ ਤੇ ਉਸ ਗੁਰੂ ਕੇ ਸਿੱਖ ਦਾ ਲੋਕ ਤੇ ਪਰਲੋਕ ਦੋਵਾਂ ਥਾਈ ਭਲਾ ਹੁੰਦਾ ਹੈ। ਇਹ ਪਿਆਰ ਦੀ ਗੱਲ ਹੈ ਜੀ, ਮੁਹੱਬਤ ਦੀ ਗੱਲ ਹੈ। ਜਦੋਂ ਸਾਡੇ ਉੱਤੇ ਗੁਰੂ ਦੀ ਨਜ਼ਰ ਹੋ ਗਈ, ਗੁਰੂ ਦਾ ਬਖਸ਼ਿਸ਼ ਹੋ ਗਈ, ਗੁਰੂ ਦੀ ਮਰਾਮਤ ਹੋ ਗਈ, ਉਦੋਂ ਪਤਾ ਲੱਗਣਾ ਕਿ ਗੁਰੂ ਕਿਵੇਂ ਬਖਸ਼ਿਸ਼ ਕਰਦਾ। ਫਿਰ ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸੱਤ ਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਬਾਰ। ਗੁਰੂ ਦੀ ਦ੍ਰਿਸ਼ਟੀ ਦੀ ਹੈ ਕਿ ਉਹ ਮਨੁੱਖਾਂ ਨੂੰ ਵੀ ਦੇਵਤੇ ਬਣਾ ਦਿੰਦਾ ਹੈ ਜਦੋਂ ਗੁਰੂ ਕਿਤੇ ਨਜ਼ਰ ਕਰਨ ਤੇ ਆ ਜਾਵੇ। ਇਹ ਪ੍ਰੀਤ ਦੀ ਗੱਲ ਹੈ ਕਿ ਗੁਰੂ ਨੇ ਮੇਰੇ ਵੱਲ ਨਜ਼ਰ ਕੀਤੀ, ਕਹਿੰਦਾ ਤਾਂ ਮੈਨੂੰ ਖੁਸ਼ੀ ਹੈ ਕਿ ਗੁਰੂ ਨੇ ਕਿਸੇ ਬਹਾਨੇ ਤਾਂ ਮੇਰੇ ਉੱਤੇ ਨਿਗਾਹ ਮਾਰੀ, ਜਦੋਂ ਗੁਰੂ ਦੀ ਨਿਗਾਹ ਮੇਰੇ 'ਤੇ ਪੈ ਗਈ ਤਾਂ ਮੇਰਾ ਜੀਵਨ ਸਫਲ ਹੈ। ਸੋ ਅੰਦਰ ਆਸ ਪੈਦਾ ਹੋਵੇ ਕਿ ਪਰਮਾਤਮਾ ਜੀ ਤੇਰੇ ਦਰਸ਼ਨ ਕਰਨੇ ਆ,